ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਰ 8ਵੀਂ, ਪੌੜੀ 21ਵੀਂ। ਕੇਤੜਿਆਂ ਖੁਸ਼ਬੋਏਦਾਰ, ਕੇਤੜਿਆਂ ਰੰਗ ਰੇਜ ਰੰਗੋਲੀ, ਕੇਤੜੇ ਮੇਵੇਦਾਰ ਹਨ, ਉਡਕ ਉਡਕੀਏ ਲੋਲਣ ਲੋਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਗੁਰਦਾਸ ਜੀ, ਪਿਛਲੀ ਵਾਰ ਦੀ ਤਰ੍ਹਾਂ ਫਿਰ ਆਪਾਂ ਨੂੰ ਜਿਹੜੀਆਂ ਡਿਊਟੀਆਂ ਜਾਂ ਜਿਹੜੀਆਂ ਰੋਲਸ ਹਨ ਇਨਸਾਨਾਂ ਦੇ ਇਹ ਦੁਨੀਆ 'ਤੇ, ਕਿਹੜਾ ਕਿਹੜਾ ਕੰਮ ਕਰਦੇ ਹਨ, ਉਹ ਹੁਣ ਉੱਥੋਂ ਫਿਰ ਆਪਾਂ ਅੱਗੇ ਕੰਟੀਨਿਊ ਕਰ ਰਹੇ ਹਾਂ। ਭਾਈ ਗੁਰਦਾਸ ਜੀ ਕਹਿੰਦੇ, ਕੇਤੜਿਆਂ ਖੁਸ਼ਬੋਏਦਾਰ। ਖੁਸ਼ਬੋਏਦਾਰ ਉਹ ਹੁੰਦੇ ਨੇ ਜਿਹੜੇ ਪਰਫਿਊਮਸ ਵੇਚਦੇ ਨੇ, ਜਿਵੇਂ ਆਪਾਂ ਪਿੱਛੇ ਵੀ ਗੱਲ ਕੀਤੀ ਆ, ਗੰਧੀ, ਜਿਨ੍ਹਾਂ ਨੂੰ ਗੰਧੀ ਕਹਿੰਦੇ ਨੇ, ਜਿਹੜੇ ਗੰਧ ਮੀਨਸ ਸਮੈਲ, ਸਮੈਲ ਨੂੰ ਵੇਚਣ ਵਾਲੇ ਨੇ ਜਾਂ ਪਰਫਿਊਮਸ। ਸੋ ਪਰਫਿਊਮ ਨੂੰ ਵੇਚਣ ਵਾਲੇ ਨੂੰ ਖੁਸ਼ਬੋਏਦਾਰ ਉਹਨਾਂ ਨੂੰ ਕਿਹਾ ਜਾਂਦਾ ਹੈ। ਅਤੇ ਕਹਿੰਦੇ ਕੇਤੜਿਆਂ, ਕਹਿੰਦੇ ਕਿੰਨੇ ਇਹ ਖੁਸ਼ਬੋਏਦਾਰ ਹਨ, ਕਿੰਨੇ ਪਰਫਿਊਮਸ ਵੇਚਣ ਵਾਲੇ ਹਨ। ਕੇਤੜਿਆਂ ਰੰਗ ਰੇਜ ਰੰਗੋਲੀ, ਹੁਣ ਰੰਗ ਰੇਜ ਉਹ ਨੇ ਜਿਹੜੇ ਕਿ ਕੱਪੜਿਆਂ ਨੂੰ ਡਾਏ ਕਰਦੇ ਨੇ, ਜਾਂ ਡਾਈਅਸ ਕਹਿ ਲਈਏ, ਜਿਹੜੇ ਕੱਪੜਿਆਂ ਨੂੰ ਡਾਏ ਕਰਦੇ ਨੇ ਵੱਖਰੇ ਵੱਖਰੇ ਰੰਗਾਂ 'ਚ ਡਾਏ ਕਰਨਾ, ਉਹਨਾਂ ਨੂੰ ਰੰਗ ਰੇਜ ਜਾਂ ਆਮ ਬੋਲੀ 'ਚ ਆਪਾਂ ਲਿਲਾਰੀ ਕਹਿੰਦੇ ਹਾਂ। ਸੋ ਅੱਗੇ ਹੋਇਆ ਜੀ ਰੰਗੋਲੀ, ਰੰਗੋਲੀ ਜਿਹੜੇ ਹਨ ਜਾਂ ਇਹਨਾਂ ਨੂੰ ਤੰਬੋਲੀ ਵੀ ਕਹਿ ਦਿੰਦੇ ਨੇ। ਸੋ ਇਹ ਕੀ ਨੇ, ਜਿਹੜੇ ਕੱਜਲ ਵੇਚਦੇ ਨੇ, ਜਿਹੜੇ ਅੱਖਾਂ 'ਚ ਕੱਜਲ ਪਾਈਦਾ ਹੈ, ਜਾਂ ਸੁਰਮਾ ਜਿਹਨੂੰ ਆਪਾਂ ਸੁਰਮਾ ਕਹਿੰਦੇ ਹਾਂ, ਉਹਨਾਂ ਨੂੰ ਵੇਚਣ ਵਾਲੇ, ਉਹਨਾਂ ਨੂੰ ਸਾਂਭਣ ਵਾਲੇ, ਅਤੇ ਉਹ ਰੰਗੋਲੀ ਨੇ। ਫਿਰ ਕਹਿੰਦੇ ਕਿੱਤੜੇ ਮੇਵੇਦਾਰ, ਮੇਵੇਦਾਰ ਮੀਨ ਡਰਾਈ ਫਰੂਟਸ, ਜਿਹੜੇ ਡਰਾਈ ਫਰੂਟਸ ਹੁੰਦੇ ਨੇ ਜਿਹੜੇ ਉਹਨਾਂ ਨੂੰ ਵੇਚਦੇ ਨੇ ਜਾਂ ਉਹਨਾਂ ਦਾ ਵਪਾਰ ਕਰਦੇ ਨੇ, ਉਹ ਮੇਵੇਦਾਰ ਨੇ। ਅਤੇ ਹੁਡਕ ਹੁਡਕੀਏ, ਸੋ ਹੁਡਕ ਜਿਹੜਾ ਹੈ ਇਹਦੇ ਕਈ ਮੀਨਿੰਗਸ ਹਨ, ਪਰ ਜਿਹੜਾ ਸਭ ਤੋਂ ਰੈਲੇਵੈਂਟ ਮੀਨਿੰਗ ਆਪਾਂ ਨੂੰ ਮਿਲਦਾ ਹੈ, ਇੱਕ ਤਰ੍ਹਾਂ ਦਾ ਵਾਜਾ ਹੈ ਜੋ ਕਿ ਡੋਲੂ ਵਰਗਾ ਹੁੰਦਾ ਹੈ। ਆਪ ਜੀ ਨੇ ਦੇਖਿਆ ਹੋਣਾ, ਇੱਕ ਡੋਲੂ ਹੁੰਦਾ ਨਾ ਜਿਹੜਾ ਦੋਵੇਂ ਪਾਸੇ ਤੋਂ ਖੜਕਾਉਂਦੇ ਨੇ, ਜਾਂ ਜਿਹੜੇ ਆਪਣੇ ਢਾਡੀ ਹੁੰਦੇ ਨੇ ਵਜਾਉਂਦੇ ਹੁੰਦੇ ਨੇ, ਪਰ ਇਹ ਥੋੜ੍ਹਾ ਜਿਹਾ ਵੱਡਾ ਹੁੰਦਾ ਹੈ। ਸੋ ਇਹ ਆਮ ਕਰਕੇ ਜੰਗ ਵਿੱਚ ਜਾਂ ਕੋਈ ਵੋਹ ਦੇ ਵਿੱਚ ਵਰਤਿਆ ਜਾਂਦਾ ਹੈ। ਸੋ ਦੋਵੇਂ ਪਾਸੇ ਖੜਕਾਇਆ ਜਾਂਦਾ, ਇੱਕ ਢੋਲ ਹੁੰਦਾ ਹੈ। ਸੋ ਹੁਡਕ ਹੁਡਕੀਏ, ਹੁਡਕੀਏ ਮੀਨਸ ਉਹਨਾਂ ਨੂੰ ਵਜਾਉਣ ਵਾਲੇ, ਕਹਿੰਦੇ ਐਸੇ ਵੀ ਕਹਿੰਦੇ ਕਿੰਨੇ ਹੀ ਨੇ। ਸੋ ਲੋਲਣ, ਲੋਲਣ ਹੁਣ ਉਹਨਾਂ ਨੂੰ ਕਿਹਾ ਜਾਂਦਾ ਹੈ। ਇੱਥੇ ਦੋ ਚੀਜ਼ਾਂ ਆਉਂਦੀਆਂ, ਲੋਲਣ ਅਤੇ ਲੋਲੀ। ਲੋਲਣ ਜਿਹੜੇ ਬਹੁਤ ਚੰਚਲ ਨੇ, ਸੁੰਦਰ ਨੇ, ਆਮ ਕਰਕੇ ਇਸਤਰੀਆਂ ਹੁੰਦੀਆਂ ਨੇ, ਜਾਂ ਹਿਜੜੇ ਜਾਂ ਖੁਸਰੇ। ਸੋ ਕਹਿੰਦੇ ਲੋਲੀ ਮੀਨਸ ਉਹ ਨੱਚਦੇ ਨੇ। ਸੋ ਉਹਨਾਂ ਦਾ ਕੰਮ ਨੱਚਣ ਦਾ ਹੁੰਦਾ ਹੈ, ਕਿਉਂ ਜਿਹੜਾ ਰਾਜਿਆਂ ਦੇ ਦਰਬਾਰਾਂ ਵਿੱਚ ਜਾ ਕੇ ਨੱਚਦੇ ਨੇ ਜਾਂ ਕੋਈ ਈਵੈਂਟ ਦੇ ਵਿੱਚ ਜਾ ਕੇ ਨੱਚਦੇ ਨੇ। ਸੋ ਉਹਨਾਂ ਨੂੰ ਲੋਲਣ ਲੋਲੀ ਕਹਿੰਦੇ ਨੇ। ਸੋ ਭਾਈ ਗੁਰਦਾਸ ਜੀ ਕਹਿੰਦੇ ਐਸੇ ਵੀ ਕੰਮ ਕਰਨ ਵਾਲੇ ਬਹੁਤ ਨੇ। ਸੋ ਅੱਗੇ ਕਹਿੰਦੇ ਖਿਜਮਤ ਦਾ, ਖਿਜਮਤਗਾਰ, ਖਵਾਸ ਲੱਖ। ਕਹਿੰਦੇ ਖਿਜਮਤਗਾਰ ਉਹ ਹੁੰਦੇ ਨੇ ਜਿਹੜੇ ਕਿ ਨੌਕਰੀ ਕਰਦੇ ਨੇ, ਖਿਜਮਤ ਕਰਦੇ ਨੇ, ਜਿਵੇਂ ਆਪਾਂ ਮੇਲੇ ਵਿੱਚ ਖਿਦਮਤ ਕਹਿ ਦਿੰਦੇ ਹਾਂ। ਸੋ ਉਹੀ ਵਰਡ ਹੈ ਕਿ ਉਹ ਖਿਜਮਤਗਾਰ ਜਿਹੜੇ ਕਿ ਸਰਵਿਸ ਦਿੰਦੇ ਨੇ। ਸੋ ਆਮ ਕਰਕੇ ਇਹ ਬੰਦੇ ਜਿਹੜੇ ਹੁੰਦੇ ਨੇ, ਇਹ ਰਾਜੇ ਦੇ ਦਰਬਾਰਾਂ ਵਿੱਚ ਬਹਿ ਕੇ ਇਹ ਆਪਣੀਆਂ ਡਿਊਟੀਆਂ ਨਿਭਾਉਂਦੇ ਨੇ, ਜਾਂ ਇਹਨਾਂ ਨੂੰ ਕੋਈ ਸਪੈਸ਼ਲ ਡਿਊਟੀ ਦਿੱਤੀ ਜਾਂਦੀ ਆ, ਜਾਂ ਇਉਂ ਵੀ ਕਹਿ ਲਈਏ ਕਿ ਇਹਨਾਂ ਨੂੰ ਜਿਹੜਾ ਜਿਵੇਂ ਡਾਇਰੈਕਟਰਸ ਹੁੰਦੇ ਨੇ ਡਿਪਾਰਟਮੈਂਟਸ ਦੇ, ਉਹਨਾਂ ਨੂੰ ਬਣਾਇਆ ਜਾਂਦਾ, ਉਹ ਖਿਜਮਤਗਾਰ ਨੇ। ਫਿਰ ਖਵਾਸ, ਖਵਾਸ ਮੀਨ ਖਾਸ, ਜਿਹੜੇ ਖਵਾਸ ਮੀਨਸ ਇੱਕ ਜਿਵੇਂ ਪਲੂਰਲ ਸ਼ਬਦ ਹੈ ਖਾਸ ਵਾਸਤੇ, ਜੋ ਸਪੈਸ਼ਲ ਨੇ, ਜੋ ਬਹੁਤ ਖਾਸ ਨੇ। ਸੋ ਕਹਿੰਦੇ ਐਸੇ ਖਾਸ ਜਿਵੇਂ ਪ੍ਰਾਈਵੇਟ, ਜਿਵੇਂ ਪਰਸਨਲ ਸੈਕਟਰੀਸ ਹੁੰਦੇ ਨੇ ਜਾਂ ਪ੍ਰਾਈਵੇਟ ਸੈਕਟਰੀਸ ਹੁੰਦੇ ਨੇ, ਸੋ ਉਹ ਜਿਹੜੇ ਸਾਰੇ ਨੇ, ਸੋ ਉਹ ਵੀ ਕਈ ਨੇ। ਸੋ ਫਿਰ ਗੋਲੰਗ ਦਾਜ, ਗੋਲੰਗ ਦਾਜ ਉਹ ਹੁੰਦੇ ਨੇ ਵੀ ਜਿਹੜੇ, ਗੋਲੰਗ ਮੀਨਸ ਜਿਹੜੇ ਗੋਲ, ਦਾਜ ਮੀਨਸ ਪਾਉਣ ਵਾਲੇ, ਜਿਹੜੇ ਕਿ ਕੈਨਨਸ ਦੇ ਵਿੱਚ ਉਹ ਜਿਹੜੇ ਗੋਲੇ ਪਾਉਣ ਵਾਲੇ ਹੁੰਦੇ ਨੇ, ਜਾਂ ਆਪਾਂ ਐਂ ਕਹਿੰਦੇ ਮਿਸਾਈਲਸ ਪਾਉਣ ਵਾਲੇ ਨੇ, ਜਾਂ ਜਿਹੜੇ ਹਨ ਅੱਜ ਕੱਲ੍ਹ ਦਾ ਤਾਂ ਮਿਸਾਈਲਸ ਹੋਣਗੇ, ਅੱਗੇ ਗੋਲੇ ਹੁੰਦੇ ਸੀਗੇ। ਸੋ ਕੈਨਨ ਦੇ ਵਿੱਚ ਜਿਹੜੇ ਗੋਲੇ ਪਾਉਂਦੇ ਨੇ, ਤੋਪਚੀ ਉਹ ਹੁੰਦਾ ਜਿਹੜਾ ਏਮ ਕਰਕੇ ਉਹ ਕੈਨਨ ਨੂੰ ਚਲਾਉਂਦਾ, ਸੋ ਉਹਦੀ ਅੱਡ ਡਿਊਟੀ ਹੁੰਦੀ ਆ। ਸੋ ਵੋਹ ਦੇ ਵਿੱਚ ਕੀ ਹੁੰਦਾ, ਇੱਕ ਤਾਂ ਗੋਲੇ ਪਾਉਂਦਾ ਹੈ, ਇੱਕ ਉਹਨੂੰ ਚਲਾਉਣ ਵਾਲਾ ਹੁੰਦਾ, ਉਹਨੂੰ ਏਮ ਕਰਦਾ ਹੈ ਵੀ ਕਿਵੇਂ ਇਸਨੂੰ ਚਲਾਉਣਾ ਹੈ, ਸੋ ਉਹਨੂੰ ਤੋਪਚੀ ਕਹਿੰਦੇ ਨੇ। ਸੋ ਅੱਗੇ ਜਿਹੜਾ ਆ ਗਿਆ ਜੀ ਤੋਲੀ, ਤੋ ਤੋਲੀ ਦੇ ਵੀ ਕਈ ਮਤਲਬ ਨੇ, ਪਰ ਜਿਹੜਾ ਸਭ ਤੋਂ ਰੈਲੇਵੈਂਟ ਮਿਲਦਾ ਆਪਾਂ ਨੂੰ ਸਟੋਕ ਕੀਪਰ। ਸੋ ਇਹ ਸਾਰੇ ਸਮਾਨ ਦਾ ਇੱਕ ਸਟੋਕ ਕੀਪਰ ਵੀ ਹੁੰਦਾ ਹੈ। ਸੋ ਰਾਜੇ ਨੇ ਰੱਖਿਆ ਹੁੰਦਾ, ਉਹਦੀ ਅਮਰੀ ਦਾ ਸਟੋਕ ਕੀਪਰ ਹੁੰਦਾ, ਉਹਦੇ ਰਾਸ਼ਨ ਦਾ ਸਟੋਕ ਕੀਪਰ ਹੁੰਦਾ ਹੈ, ਜਾਂ ਉਹਦੇ ਪਰਸਨਲ ਬਿਲੋਂਗਿੰਗ ਦਾ ਜਿਹੜਾ ਹੁੰਦਾ ਹੈ, ਜਾਂ ਉਹਦੇ ਖਜ਼ਾਨੇ ਦਾ ਹੁੰਦਾ ਹੈ। ਸੋ ਇਸ ਤਰ੍ਹਾਂ ਦੇ ਕਈ ਸਟੋਕ ਕੀਪਰਸ ਹੁੰਦੇ ਨੇ। ਸੋ ਕੇਤੜਿਆਂ ਟਹਿਲ, ਜਿਹੜਾ ਇਹ ਟਹਿਲਵੀਰਦਾਰ, ਹੁਣ ਟਹਿਲਵੀਰਦਾਰ ਜਿਹੜੇ ਨੇ, ਇਹਨਾਂ ਦਾ ਜਿਹੜਾ ਹੈ, ਇਹ ਐਸੇ ਨੇ ਜਿਹੜੇ ਕਿ ਦਰਬਾਰਾਂ ਦੇ ਵਿੱਚ ਕੈਸ਼ ਨੂੰ ਸੰਭਾਲਦੇ ਨੇ। ਸੋ ਜਿੰਨਾ ਵੀ ਕੈਸ਼ ਜਾਂਦਾ ਹੈ ਇੱਕ ਥਾਂ ਤੋਂ ਦੂਜੇ ਥਾਂ,
ਜੋ ਰਾਜੇ ਦੇ ਦਰਬਾਰ ਵਿੱਚ ਆਉਂਦਾ ਇਹਨਾਂ ਦੀ ਡਿਊਟੀ ਹੁੰਦੀ ਆ ਉਹਨੂੰ ਸੰਭਾਲਣ ਦੀ। ਤਾਂ ਇਹਨਾਂ ਨੂੰ ਇਹ ਕਹਿ ਲਈਏ ਵੀ ਰੈਵਨਿਊ ਆਫਿਸਰਸ ਨੇ, ਜਿਵੇਂ ਰੈਵਨਿਊ ਆਫਿਸਰਸ ਹੁੰਦੇ ਨੇ ਉਹ ਕਲੈਕਟ ਕਰਦੇ ਨੇ। ਅੱਜ ਕੱਲ੍ਹ ਤਾਂ ਸਾਰਾ ਚੈੱਕ ਦਾ ਕੰਮ ਹੋ ਗਿਆ, ਕ੍ਰੈਡਿਟ ਕਾਰਡਸ ਦਾ ਹੋ ਗਿਆ ਜਾਂ ਆਨਲਾਈਨ ਹੋ ਗਿਆ। ਪਿਛਲੇ ਸਮਿਆਂ 'ਚ ਕੈਸ਼ ਦਿੱਤਾ ਜਾਂਦਾ ਸੀ, ਸੋ ਇਹ ਕੈਸ਼ ਨੂੰ ਸੰਭਾਲਣ ਵਾਲੇ, ਸੋ ਰੈਵਨਿਊ ਆਫਿਸਰਸ ਜਿਹੜੇ ਨੇ। ਸੋ ਮੁਸਰਫਦਾਰ, ਹੁਣ ਮੁਸਰਫਦਾਰ ਜਿਹੜੇ ਬੰਦੇ ਨੇ ਇਹ ਜਿਹੜੇ ਹਨ, ਜਿਵੇਂ ਆਪਾਂ ਅੱਜ ਕੱਲ੍ਹ ਕਹਿ ਦਈਏ ਸੁਪਰੀਟੈਂਡਿੰਗ ਆਫਿਸਰਸ ਨੇ ਜਾਂ ਇੰਸਪੈਕਟਰਸ ਨੇ, ਸੋ ਜਿਹੜੇ ਇੰਸਪੈਕਟ ਕਰਦੇ ਨੇ ਕੋਈ ਕੰਮ ਨੂੰ ਜਾਂ ਕੋਈ ਕੰਮ ਦੇ ਲੀਡਰਸ ਹੁੰਦੇ ਨੇ, ਸੋ ਸੁਪਰੀਟੈਂਡਿੰਗ ਆਫਿਸਰ ਕਹਿ ਲਈਏ। ਅੱਗੇ ਆਉਂਦਾ ਜੀ ਦਰੋਗੇ, ਦਰੋਗੇ ਹੁੰਦੇ ਨੇ ਜਿਵੇਂ ਪੁਲਿਸ ਦੇ ਵਿੱਚ, ਜਿਹੜੇ ਪੁਲਿਸ ਆਫਿਸਰਸ ਹੁੰਦੇ ਨੇ ਉਹਨਾਂ ਨੂੰ ਦਰੋਗੇ ਕਹਿੰਦੇ ਨੇ। ਸੋ ਉਹ ਕਹਿੰਦੇ ਪੁਲਿਸ ਆਫਿਸਰਸ ਵੀ ਬਹੁਤ ਜ਼ਿਆਦਾ ਨੇ, ਅਤੇ ਓਲੀ ਜਿਹੜੇ ਨੇ ਇਹਨਾਂ ਨੂੰ ਜਿਹੜਾ ਹੈ ਇਹਨਾਂ ਦਾ ਮੀਨਿੰਗ ਜਿਹੜਾ ਹੈ ਆਮ ਕਰਕੇ ਐਂ ਬਣਦਾ ਜਿਵੇਂ ਆਫਿਸ ਬੋਆਏ ਹੁੰਦੇ ਨੇ। ਸੋ ਆਫਿਸ ਦੇ ਵਿੱਚ ਚਪੜਾਸੀ ਆਪਾਂ ਕਹਿ ਦਿੰਦੇ ਹਾਂ ਪੰਜਾਬੀ 'ਚ, ਚਪੜਾਸੀ ਦਾ ਕੰਮ ਜਾਂ ਆਫਿਸ ਬੋਆਏ ਦਾ ਕੰਮ, ਸੋ ਇਹ ਆਫਿਸ ਬੋਆਏ ਜਿਹੜਾ ਹਨ ਉਹ ਵੀ ਬਹੁਤ ਸਾਰੇ ਨੇ। ਕਹਿੰਦੇ ਕੇਤੜੀਆਂ ਕਿਸਾਨ ਹੋਏ, ਕਹਿੰਦੇ ਕਿੰਨੇ ਕਿਸਾਨ ਨੇ, ਜਾਂ ਆਪਾਂ ਇਹ ਕਹਿੰਦੇ ਫਾਰਮਰਸ, ਜਿਹੜੇ ਫਾਰਮਰਸ ਹੁੰਦੇ ਨੇ ਐਗਰੀਕਲਚਰ ਦਾ ਕੰਮ ਕਰਨ ਵਾਲੇ, ਸੋ ਕਹਿੰਦੇ ਕਿੰਨੇ ਨੇ ਕਰ ਕਿਰਸਾਨੀ, ਕਹਿੰਦੇ ਉਹ ਐਗਰੀਕਲਚਰ ਕਰਦੇ ਨੇ, ਕਿਹਦੇ ਉੱਤੇ ਕਰਦੇ ਨੇ, ਕਹਿੰਦੇ ਅਤੁੱਲ ਅਤੁੱਲੀ, ਜਿਹੜੀ ਧਰਤੀ ਤੋਲੀ ਨਹੀਂ ਜਾਂਦੀ, ਜਿਹੜੇ ਧਰਤੀ ਦੇ ਗੁਣ ਆਪਾਂ ਜਿਹੜੇ ਹਨ ਕਹਿ ਨਹੀਂ ਸਕਦੇ, ਉਹਨਾਂ ਨੂੰ ਗੁਣਾਂ ਦੇ ਤਰ੍ਹਾਂ ਦ ਵਰਚੂਸ ਆਫ ਦ ਅਰਥ ਆਪਾਂ ਕਹਿ ਨਹੀਂ ਸਕਦੇ ਕਿੰਨੇ ਉਹਦੇ ਗੁਣ ਨੇ, ਤਾਂ ਹੀ ਉਹਨੂੰ ਅਤੋਲ ਕਿਹਾ। ਅਤੋਲ ਅਤੋਲੀ, ਕਹਿਣ ਲੱਗੇ ਉਹਨੂੰ ਤੋਲਦੇ ਨੇ, ਮਤਲਬ ਉਹਦੇ ਵਿੱਚ ਬੀਜ ਪਾ ਕੇ ਉਹਨੂੰ ਉਗਾਉਂਦੇ ਨੇ, ਮਤਲਬ ਉਹਨੂੰ ਜਿਹੜਾ ਹੈ ਇਉਂ ਕਰ ਲਈਏ ਵੀ ਅਰਥ ਨੂੰ ਟੈਸਟ ਕਰਨ ਵਾਲੇ ਨੇ। ਸੋ ਅਰਥ ਦੇ ਵਿੱਚ ਬੀਜ ਪਾਉਂਦੇ ਨੇ, ਇਹ ਅਰਥ ਵਿੱਚ ਇਹ ਬੀਜ ਪਾਇਆ, ਇਹ ਉੱਗਿਆ, ਉਹ ਫਲਾਣੀ ਜ਼ਮੀਨ 'ਚ ਇਹ ਪਾਇਆ, ਕਿਉਂਕਿ ਸੋਇਲ ਵੀ ਕਈ ਤਰ੍ਹਾਂ ਦੀ ਹੁੰਦੀ ਹੈ, ਇਸ ਕਰਕੇ ਇਹਦਾ ਸ਼ਬਦ ਵਰਤਿਆ ਅਤੋਲ ਅਤੋਲੀ। ਸੋ ਕਿਸਾਨ ਦਾ ਕੰਮ ਕੀ ਹੁੰਦਾ ਹੈ, ਨੋਟ ਸਿਰਫ ਅ ਪਰਸਨ ਹੂ ਕੈਨ ਜਸਟ ਪੁੱਟ ਦ ਸੀਡ ਇਨ ਟੂ ਦ ਅਰਥ, ਬਟ ਕਿਸਾਨ ਉਹ ਹੁੰਦੇ ਨੇ ਜਿਹਨਾਂ ਨੂੰ ਨੌਲੇਜ ਹੁੰਦਾ ਹੈ ਵੀ ਇਹ ਧਰਤੀ ਦੇ ਵਿੱਚ ਕੀ ਉੱਗੇਗਾ, ਕੀ ਹੋ ਸਕਦਾ, ਕੀ ਨਹੀਂ ਹੋ ਸਕਦਾ, ਯੂ ਸ਼ੁੱਡ ਨੋ, ਸੋ ਉਹਨਾਂ ਨੂੰ ਕਿਸਾਨ ਕਹਿੰਦੇ ਹਨ। ਸੋ ਅੱਗੇ ਆ ਗਿਆ ਜੀ ਮੁਸਤੋਫੀ, ਮੁਸਤੋਫੀ ਬੁਤਾਤ ਲੱਖ, ਉਹ ਮੁਸਤੋਫੀ ਜਿਹੜੇ ਹੁੰਦੇ ਨੇ ਆਡੀਟਰਸ ਹੁੰਦੇ ਨੇ, ਜਿਹੜੇ ਆਡਿਟ ਕਰਦੇ ਨੇ ਅਕਾਊਂਟਸ ਨੂੰ, ਜਾਂ ਜਾ ਕੇ ਦੇਖਦੇ ਨੇ ਵੀ ਅਕਾਊਂਟਸ ਠੀਕ ਆ ਨਹੀਂ ਗਲਤ, ਕੋਈ ਇੱਧਰ ਉੱਧਰ ਹਿਸਾਬ ਕਿਤਾਬ ਜਿਹੜਾ ਹੈ ਬੈਲੈਂਸ ਆ ਨਹੀਂ ਬੈਲੈਂਸ, ਉਹ ਆਡੀਟਰਸ ਹੁੰਦੇ ਨੇ। ਅੱਗੇ ਆ ਗਿਆ ਜੀ ਬੁਤਾਤ, ਬੁਤਾਤ ਮੀਨਸ ਅਕਾਊਂਟੈਂਟਸ, ਸੋ ਜਿਹੜੇ ਅਕਾਊਂਟਸ ਨੂੰ ਕਰਦੇ ਨੇ, ਅਕਾਊਂਟਸ ਤਿਆਰ ਕਰਦੇ ਨੇ, ਕਹਿੰਦੇ ਐਸੇ ਵੀ ਕਈ ਲੱਖੇ ਨੇ। ਕਹਿੰਦੇ ਫਿਰ ਮੀਰ ਸਾਮੇ, ਹੁਣ ਮੀਰ ਸਾਮੇ ਉਹ ਨੇ ਜਿਵੇਂ ਓਥ ਆਫਿਸਰਸ ਹੁੰਦੇ ਨੇ, ਜਿਨ੍ਹਾਂ ਦੇ ਅੱਗੇ ਜਾ ਕੇ ਆਪਾਂ ਸੁਗੰਧ ਲੈਂਦੇ ਹਾਂ, ਜਾਂ ਤੁਸੀਂ ਕੋਈ ਜਿਹੜਾ ਹੈ ਓਥ ਲੈਣੀ ਹੋਵੇ, ਹਾਂਜੀ, ਸੋ ਉਹ ਓਥ ਜਿਹੜੇ ਆਫਿਸਰਸ ਹੁੰਦੇ ਨੇ, ਜੇ ਆਪਾਂ ਕਹਿੰਦੇ ਸੁਰਹਨ ਜਾਈਏ ਕੀ ਕਹਿੰਦੇ ਆਪਾਂ ਇੱਥੇ ਸੁੰਪਾ, ਆਪਾਂ ਸੁੰਪਾ ਕਹਿ ਦਿੰਦੇ ਹਾਂ, ਸੋ ਉਹ ਜਿਹੜੇ ਨੇ ਸਾਰੇ, ਕਹਿੰਦੇ ਉਹ ਮੀਰ ਜਾਮੇ ਨੇ। ਫਿਰ ਅੱਗੇ ਹੁੰਦੇ ਬਖਸੀ, ਬਖਸੀ ਮੀਨਸ ਜਿਹੜੇ ਆਰਮੀ ਦੇ ਵਿੱਚ ਜਨਰਲਸ ਹੁੰਦੇ ਨੇ, ਸੋ ਉਹ ਹੋ ਗਏ। ਕਹਿੰਦੇ ਕੋਲ ਕੋਲੀ, ਹੁਣ ਕੋਲ ਜਿਹੜਾ ਹੈ ਕਹਿੰਦੇ ਇੱਕ ਪਹਾੜੀ, ਇੱਕ ਆਪਾਂ ਕਹਿ ਲਈਏ ਇੱਕ ਸੈਕਟ ਹੈ ਜੋ ਪਹਾੜਾਂ ਵਿੱਚ ਰਹਿੰਦਾ ਹੈ, ਇਹਨਾਂ ਦੀ ਡਿਊਟੀ ਕੀ ਹੁੰਦੀ ਆ, ਇਹਨਾਂ ਨੇ ਜਿਹੜੇ ਹਨ ਤੀਰ ਬਣਾਉਣੇ ਹੁੰਦੇ ਆ, ਸੋ ਇਹ ਰਾਜੇ ਦੇ ਦਰਬਾਰ ਵਿੱਚ ਆਉਂਦੇ ਆ, ਉਹ ਐਰੋਸ ਨੂੰ ਬਣਾਉਂਦੇ ਨੇ, ਸੋ ਐਰੋਸ ਦੀਆਂ ਜਿਹੜਾ ਹੈ ਉਹ ਲੱਕੜ ਨੂੰ ਬਣਾਉਂਦੇ ਨੇ, ਉੱਥੇ ਮੂਹਰੇ ਲਾਉਂਦੇ ਨੇ, ਉਹ ਜਿਹੜਾ ਹੈ ਭਾਵੇਂ ਸ਼ਾਪ ਹੋਵੇ, ਕਈ ਸਕੁਐਰ ਹੁੰਦੇ ਨੇ, ਕਈ ਗੋਲ ਹੁੰਦੇ ਨੇ, ਸੋ ਐਰੋਸ ਜਿਹੜੇ ਨੇ ਇੰਡੀਆ ਦੇ ਵਿੱਚ ਜਿਹੜਾ ਐਰੋਸ ਦਾ ਜਿਹੜਾ ਕੰਮ ਵਰਤਿਆ ਗਿਆ ਹੈ ਇਟਸ ਵੈਰੀ ਯੂਨੀਕ, ਕਿਉਂਕਿ ਐਰੋ ਹਰ ਇੱਕ ਤਰ੍ਹਾਂ ਦਾ ਮਿਲਦਾ ਹੈ, ਸੋ ਐਰੋ ਜਿਹੜੇ ਨੇ ਹਾਫ ਮੂਨ ਵੀ ਹੁੰਦੇ ਨੇ, ਹਾਂਜੀ, ਸੋ ਉਹ ਐਰੋ ਛੋਟੇ ਵੀ ਹੁੰਦੇ ਨੇ, ਵੱਡੇ ਵੀ ਹੁੰਦੇ ਨੇ, ਸੋ ਇਟਸ ਡਿਫਰੈਂਟ ਕਾਈਂਡ ਆਫ ਯੂਸੇਜ। ਸੋ ਇਹ ਐਰੋਸ ਜਿਹੜੇ ਬਣਾਉਂਦੇ ਨੇ ਇਹਨਾਂ ਦਾ ਜਿਹੜਾ ਹੈ ਸਪੈਸ਼ਲਿਟੀ ਹੁੰਦੀ ਆ, ਇਹ ਸਿਰਫ ਐਰੋਸ ਬਣਾਉਂਦੇ ਨੇ, ਬਿਕੋਜ਼ ਪਹਿਲੀ ਗੱਲ ਹੈ ਉਹ ਐਰੋਸ ਨੂੰ ਤਕੜਾ ਹੋਣਾ ਪੈਣਾ, ਇਟ ਹੈਜ਼ ਟੂ ਬੀ ਸਟਰੋਂਗ, ਬਿਕੋਜ਼ ਸਮਟਾਈਮਸ ਉਹਨਾਂ ਨੇ ਜਿਹੜੇ ਹਨ ਅੰਮ ਪਾਈ ਹੁੰਦੀ ਹੈ, ਸੋ ਅੰਮ ਦੇ ਵਿੱਚ ਦੀ ਲੰਘ ਕੇ ਜਾਣਾ, ਸੋ ਦ ਮਟੀਰੀਅਲ ਦੈਟ ਇਜ਼ ਯੂਜ਼ ਔਨ ਦ ਟਿਪ ਉਹ ਬਹੁਤ ਇੰਪੋਰਟੈਂਟ ਹੈ, ਸੋ ਕਿਉਂਕਿ ਜੇ ਟਿਪ ਦੇ ਉਹ ਮਟੀਰੀਅਲ ਤਕੜਾ ਨਾ ਹੋਵੇ ਉਹਨੇ ਜਾ ਕੇ ਵੱਜ ਕੇ ਖੁੰਡਾ ਹੋ ਜਾਣਾ, ਉਹਨੇ ਡਿੱਗ ਪੈਣਾ, ਉਹਨੇ ਤਾਂ ਵੱਜਣਾ ਹੀ ਨਹੀਂ ਕਿਤੇ, ਸੋ ਦੂਜਾ ਉਹਦਾ ਵੇਟ ਹੁੰਦਾ ਹੈ, ਸੋ ਹਾਊ ਟੂ ਐਸਟੀਮੇਟ ਦ ਵੇਟ, ਸੋ ਉਹਦਾ ਵੇਟ ਵੀ ਚਾਹੀਦਾ, ਜੇ ਬਹੁਤਾ ਭਾਰਾ ਹੋਇਆ ਬਹੁਤਾ ਦੂਰ ਨਹੀਂ ਜਾਏਗਾ, ਐਂਡ ਦੈਨ ਦ ਪਰਸਨ ਹੂ ਇਜ਼ ਗੋਇੰ ਟੂ ਯੂਜ਼ ਇਟ, ਹੁਣ ਉਹ ਬੰਦਾ ਕਿਹੋ ਜਿਹਾ, ਜਿਵੇਂ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਆ, ਮਹਾਰਾਜ ਦਾ ਜਿਹੜਾ ਹੈ ਉਹਦਾ ਜਿਹੜਾ ਮਹਾਰਾਜ ਦੀ ਕੇਪੇਬਿਲਿਟੀ ਸੀਗੀ ਐਰੋ ਚਲਾਉਣ ਦੀ ਬਹੁਤ ਤਕੜੀ ਸੀਗੀ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿੰਨੇ ਵੀ ਤੁਸੀਂ ਫੋਟੋ ਦੇਖੋਗੇ ਨਾ ਜਿਹੜੇ ਮਹਾਰਾਜ ਦੇ ਅਸਲੀ ਬਣਾਏ, ਮਹਾਰਾਜ ਦੀ ਛਾਤੀ ਬਹੁਤ ਚੌੜੀ ਸੀਗੀ, ਬਿਕੋਜ਼ ਜੇ ਐਰੋ ਚਲਾਉਣਾ ਹੋਵੇ ਸਾਰਾ ਸਟਰੈਂਗ ਇੱਥੇ ਦਾ ਛਾਤੀ ਦਾ, ਸੋ ਇਫ ਯੋਰ ਲੰਗਸ ਆ ਵੀਕ, ਆਹ ਪਾਰਟ ਵੀਕ ਹੋਵੇ ਬੰਦਾ ਐਰੋ ਨਹੀਂ ਚਲਾ ਸਕਦਾ, ਸੋ ਕਿਉਂਕਿ ਸਾਰਾ ਜ਼ੋਰ ਇੱਥੇ ਪੈਣਾ, ਜੋ ਖਿੱਚਣਾ ਇੱਥੇ ਜ਼ੋਰ ਪੈਣਾ, ਸੋ ਸਮਟਾਈਮਸ ਕੀ ਹੁੰਦਾ ਹੈ ਕਈ ਬੰਦੇ ਜਦੋਂ ਐਰੋ ਚਲਾਉਂਦੇ ਆ ਨਾ ਉਹਨਾਂ ਦਾ ਇੱਥੇ ਪੀੜ ਹੋਣ ਲੱਗ ਜਾਂਦੀ ਹੈ, ਜੇ ਸੱਚੀ ਖਿੱਚਣਾ ਪਵੇ ਤਾਂ ਉਹ ਇੱਥੇ ਪੀੜ ਜਾਂਦੀ ਹੈ ਸਾਰੀ, ਬਿਕੋਜ਼ ਇਹ ਮਸਲਸ ਜਿਹੜੇ ਹਨ ਐਕਸਪੈਂਡ ਹੁੰਦੇ ਨੇ, ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੀਰ ਹੈ ਉਹ ਚਲਾਉਣ ਦਾ ਤਰੀਕਾ ਜਿਹੜਾ ਮਹਾਰਾਜ ਦਾ ਸੀ ਬੜਾ ਵੱਖਰਾ ਸੀਗਾ, ਬਿਕੋਜ਼ ਮਹਾਰਾਜ ਦੇ ਜਿਹੜਾ ਬੋਹ ਸੀਗਾ ਉਹਦੇ ਵੀ 7 ਪਲੇਟਾਂ ਲੱਗਦੀਆਂ ਸੀਗੀਆਂ, ਸੋ
ਨੋ ਦੇਖ ਇੱਕ ਤਾਂ ਬੋਹ ਹੁੰਦਾ ਲੱਕੜ ਦਾ ਬਣਿਆ ਹੁੰਦਾ ਨਾ, ਆਮ ਕਰਕੇ ਲੱਕੜ ਜਾਂ ਹੋਰ ਕੋਈ ਮਟੀਰੀਅਲ ਦਾ ਹੁੰਦਾ, ਪਰ ਉਹਦੇ ਉੱਤੇ 7 ਪੀਸਸ ਆਫ ਆਇਰਨ ਪਲੇਟ ਲੱਗੀਆਂ ਹੁੰਦੀਆਂ ਸੀਗੀਆਂ। ਸੋ ਇੰਨੀਆਂ ਇੰਨੀਆਂ ਲਾ ਕੇ ਸੋ ਇਟ ਵਿਲ ਗਿਵ ਦ ਇਲੈਕਟ੍ਰਿਕ ਐਂਡ ਦੈਨ ਦ ਪਾਵਰ ਫੋਰ ਦ ਐਰੋ ਟੂ ਗੋ ਫਾਸਟਰ। ਅਤੇ ਜੋ ਖਿੱਚਾਂਗੇ ਨਾ, ਖਿੱਚਣਾ ਬਹੁਤ ਔਖਾ ਹੈ, ਤਾਂ ਹੀ ਮਹਾਰਾਜ ਦਾ ਜਦੋਂ ਜੋਤੀ ਜੋ ਸਮਾਉਣ ਲੱਗੇ ਨਾ, ਮਹਾਰਾਜ ਦਾ ਜਦੋਂ ਮਹਾਰਾਜ ਦਾ ਜ਼ਖਮ ਸੁੱਕ ਗਿਆ ਸੀਗਾ, ਅਤੇ ਕਿਸੇ ਨੇ ਆ ਕੇ ਜਿਹੜਾ ਹੈ ਜਦੋਂ ਮਹਾਰਾਜ ਦਾ ਬੋਹ ਦੇਖਿਆ ਨਾ, ਉਹਨੇ ਸ਼ੱਕ ਕੀਤਾ ਵੀ ਇਹ ਬੋਹ ਨੂੰ ਚਲਾਉਣ ਵਾਲਾ ਕੌਣ ਹੋਵੇਗਾ, ਹੂ ਕੈਨ ਐਵਰ ਟੇਕ ਦਿਸ ਬੋਹ ਇਨ ਹਿਸ ਹੈਂਡ। ਇੱਕ ਤਾਂ ਭਾਰਾ ਹੁੰਦਾ, ਸੀ ਦ ਬੋਹ ਵਿਲ ਬੀ ਹੈਵੀਅਰ ਬਿਕੋਜ਼ ਦੇ ਆਰ 7 ਪਲੇਟਸ ਆਫ ਜਿਹੜਾ ਆਇਰਨ ਅੱਗੇ ਉਹ ਆਇਰਨ ਪਲੇਟਸ ਲੱਗੀਆਂ। ਦੂਜਾ ਉਹ ਉਹਨੂੰ ਚਿਲਾ ਚੜ੍ਹਾ ਕੇ ਨਾ ਦ ਸਟਰਿੰਗ ਨੂੰ ਚੜ੍ਹਾ ਕੇ ਉੱਤੇ, ਦੈਨ ਯੂ ਹੈਵ ਟੂ ਪੁੱਲ ਐਂਡ ਦ ਪੁਲਿੰਗ ਇਜ਼ ਇਫ ਯੂ ਆਰ ਹੋਲਡਿੰਗ ਇਟ ਲਾਈਕ ਦੈਟ ਦ ਪੁਲਿੰਗ ਮਸਟ ਬੀ ਅੰਟਿਲ ਦ ਈਅਰ। ਸੋ ਉਹਨੂੰ ਪੂਰਾ ਖਿੱਚਣਾ ਪੈਂਦਾ। ਸੋ ਉਹਦਾ ਉਹ ਜਿਹੜਾ ਹੈ ਉਹਦਾ ਜਿਹੜਾ ਇਹ ਉਹਦਾ ਕੀ ਕਹਿੰਦੇ ਆਪਾਂ ਉਹਦੀ ਚਲਾਉਣ ਦੀ ਵਿਧੀ ਹੈ। ਸੋ ਕੀ ਹੁੰਦਾ ਹੈ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਦੋਂ ਪਿਆ ਉਹਨੇ ਦੇਖਿਆ, ਉਹਨੇ ਸ਼ੱਕ ਕੀਤਾ ਵੀ ਇਹਨੂੰ ਚਲਾਉਣ ਵਾਲਾ ਕੋਈ ਨਹੀਂ ਹੋਊਗਾ, ਖੇਡ ਤਾਂ ਮਹਾਰਾਜ ਦਾ ਆਪਣਾ ਹੀ ਹੈ। ਅਤੇ ਕੀ ਹੋਇਆ, ਮਹਾਰਾਜ ਨੇ ਚੁੱਕ ਕੇ ਚਿਲਾ ਚੜ੍ਹਾ ਕੇ ਮਹਾਰਾਜ ਨੇ ਖਿੱਚਿਆ। ਜਦੋਂ ਖਿੱਚਿਆ ਉਹ ਤੀਰ ਮਹਾਰਾਜ ਦੇ ਉਹ ਇੱਥੇ ਜਿਹੜਾ ਸੀਗਾ ਕੰਮ ਜਿਹੜਾ ਵੱਜਿਆ ਹੋਇਆ ਸੀ ਨਾ, ਉਹਨੇ ਜਮਧਾਰਾ ਮਾਰਿਆ ਸੀ ਗੁਲਖਾਨ, ਉਹ ਪਾਟ ਗਿਆ, ਅਗੇਨ ਉਹ ਵੂਨ ਜਿਹੜਾ ਹੈ ਫਿਰ ਨਵਾਂ ਹੋ ਗਿਆ। ਸੋ ਪਰ ਮਹਾਰਾਜ ਨੇ ਖਿੱਚ ਕੇ ਚਲਾਇਆ। ਸੋ ਉਹ ਤੀਰ ਜਿਹੜੇ ਨਾ ਮਹਾਰਾਜ ਦੇ, ਉਹ 5 ਕਿਲੋਮੀਟਰਸ ਤੱਕ ਤਾਂ ਐਵੀਡੈਂਸ ਮਿਲਦੇ ਆ ਹਿਸਟੋਰੀਕਲੀ। ਸੋ 5 ਕਿਲੋਮੀਟਰਸ ਤੱਕ ਤਾਂ ਮਹਾਰਾਜ ਦਾ ਤੀਰ ਈਜ਼ਲੀ ਚਲਾਇਆ ਜਾਂਦਾ ਸੀਗਾ। ਦੂਜਾ ਇੱਕ ਐਵੀਡੈਂਸ ਇਹ ਵੀ ਮਿਲਦਾ ਹੈ, ਜਿਵੇਂ ਸੁਰ ਪ੍ਰਕਾਸ਼ 'ਚ ਲਿਖਿਆ ਕਿ ਮਹਾਰਾਜ ਦਾ ਤੀਰ ਕੈਨ ਗੋ ਥਰੂ 10,000 ਪੀਪਲ। ਮਹਾਰਾਜ ਦਾ ਇੱਕ ਤੀਰ ਕੈਨ ਗੋ ਥਰੂ 10,000 ਪੀਪਲ। ਸੋ ਜੇ ਫੌਜ ਖੜੀ ਹੋਵੇ ਨਾ, ਵਨ ਆਫਟਰ ਵਨ, ਜੇ ਮਹਾਰਾਜ ਤੀਰ ਚਲਾਉਣ ਨਾ, ਉਹ ਤੀਰ ਇੱਕ 'ਚ ਨਿਕਲ ਕੇ ਦੂਜੇ 'ਤੇ ਜੋ 10,000 ਪੀਪਲ ਨੂੰ ਮਾਰ ਦਿੰਦਾ ਸੀ। ਪਰ ਦੈਨ ਸਿੱਖਾਂ ਨੇ ਮਹਾਰਾਜ ਨੂੰ ਇਹ ਸਵਾਲ ਕੀਤਾ ਜਦੋਂ ਮਹਾਰਾਜ ਚਮਕੌਰ ਦੀ ਗੜੀ ਵਿੱਚ ਸੀ ਨਾ, ਮਹਾਰਾਜ ਨੂੰ ਕਹਿੰਦੇ ਮਹਾਰਾਜ ਜੇ ਇੰਨੀ ਥੋੜ੍ਹੀ ਤਾਕਤ ਹੈ, ਨੋ ਯੂ ਕੈਨ ਕਿਲ 10,000 ਪੀਪਲ ਵਿਦ ਵਨ ਐਰੋ, ਅਤੇ ਮਹਾਰਾਜ ਫਿਰ ਇੰਨੇ ਤਾਂ ਬੰਦੇ ਕੁਝ ਵੀ ਨਹੀਂ ਤੁਹਾਡੇ ਸਾਹਮਣੇ, ਅਤੇ ਮਹਾਰਾਜ ਕਰ ਦਿਓ ਕੰਮ। ਅਤੇ ਪਰ ਮਹਾਰਾਜ ਨੇ ਇੱਕ ਗੱਲ ਕਹੀ, ਕਹਿੰਦੇ ਮਾਰ ਤਾਂ ਦੇਵਾਂਗੇ, ਪਰ ਇਹੀ ਬੰਦਿਆਂ ਨੇ ਜਨਮ ਲੈ ਕੇ ਫਿਰ ਸਿੱਖਾਂ ਦੇ ਘਰ 'ਚ ਆਉਣਾ, ਬਿਕੋਜ਼ ਆਈ ਐਮ ਕਿਲਿੰਗ ਦੈਮ, ਇਹ ਮੇਰੀ ਤੀਰ ਨਾਲ ਮਰ ਰਹੇ ਆ, ਦੈਟ ਮੀਨਸ ਦੇ ਵੋਂਟ ਗੋ ਟੂ ਦ ਹੈਲ, ਦੇ ਵਿਲ ਕਮ ਬੈਕ ਐਸ ਅ ਸਿੱਖ। ਇਹ ਸਿੱਖਾਂ ਦੇ ਘਰ 'ਚ ਜਨਮ ਲੈਣਾ ਇਹਨਾਂ ਨੇ, ਜੋ ਸਿੱਖਾਂ ਦੇ ਘਰ 'ਚ ਜਨਮ ਲੈਣਗੇ ਫਿਰ ਇਹ ਪੌੜੇ ਪਾਉਣਗੇ ਆ ਕੇ, ਇਹਨਾਂ ਫਿਰ ਲੜਾਈਆਂ ਪਾਉਣਗੇ ਅੰਦਰ, ਇਹ ਜਿਹੜਾ ਹੈ ਦੁਬਧਾ ਇਕੱਠੀ ਕਰਨਗੇ, ਦਿਸ ਪੀਪਲ ਆਰ ਗੋਇੰਗ ਟੂ ਕ੍ਰੀਏਟ ਅਲੋਟ ਆਫ ਹੈਵੋਕ। ਇਸ ਕਰਕੇ ਮਹਾਰਾਜ ਕਹਿੰਦੇ ਅਸੀਂ ਬਹੁਤੇ ਨਹੀਂ ਮਾਰਦੇ। ਸੋ ਕਿਉਂਕਿ ਜਿਹੜਾ ਜਿਹਦੇ ਹਿਰਦੇ ਵਿੱਚ ਮਹਾਰਾਜ ਦਾ ਤੀਰ ਲੱਗ ਜਾਵੇ ਨਾ, ਉਹ ਕਿੱਥੇ ਨਰਕ ਉੱਠ ਜਾਏਗਾ, ਇਹਨੂੰ ਮਹਾਰਾਜ ਦਾ ਹੱਥੀਂ ਲੱਗਿਆ ਹੋਇਆ ਤੀਰ ਜੇ ਕਿਸੇ ਦੇ ਵੱਜੇ, ਇਹਨੂੰ ਆਈ ਮੀਨ ਦੈਟ ਇਜ਼ ਅ ਬਲੈਸਿੰਗ ਇਹਨੂੰ। ਪਰ ਜਿਹੜਾ ਹੈ, ਪਰ ਉਹਨਾਂ ਦਾ ਆਪਣਾ ਹਿਰਦੇ ਦਾ ਇਹ ਸੀਗਾ ਨਾ, ਜਦੋਂ ਉਹਨਾਂ ਨੂੰ ਤੀਰ ਲੱਗਦਾ ਸੀਗਾ, ਉਹ ਸੋਚਦੇ ਸੀਗੇ ਵੀ ਇਹ ਸਿੱਖਾਂ ਦੀ ਲੜਾਈ ਵਿੱਚ ਮੈਂ ਮਰਿਆ, ਸੋ ਦੇ ਹੈਵ ਦ ਗ੍ਰੱਜ ਇਨ ਦੈਮ। ਸੋ ਉਹ ਗ੍ਰੱਜ ਨੂੰ ਸੈਟਲ ਕਰਨ ਵਾਸਤੇ ਉਹਨਾਂ ਦਾ ਜਨਮ ਫਿਰ ਸਿੱਖਾਂ ਦੇ ਘਰ ਵਿੱਚ ਹੁੰਦਾ। ਸੋ ਦੈਟਸ ਵਾਈ ਯੂ ਸੀ ਅਲੋਟ ਆਫ ਇਸ਼ੂਸ ਆ ਇਨ ਦ ਸਿੱਖ ਕਮਿਊਨਿਟੀ ਦੇ ਵਿੱਚ, ਇਸੇ ਕਰਕੇ ਹੈ। ਤਾਂ ਹੀ ਮਹਾਰਾਜ ਨੇ ਉਸ ਵੇਲੇ ਤੋਂ ਪਹਿਲਾਂ ਤੋਂ ਇਹ ਜਿਹੜੀਆਂ ਚੀਜ਼ਾਂ ਚੱਲਦੀਆਂ ਹੁੰਦੀਆਂ, ਵਾਈ ਬਿਕੋਜ਼ ਦੋਸਤ ਪਲ ਕਮੀ ਬੈਕ ਅਗੇਨ ਐਨ ਅਗੇਨ ਐਨ ਅਗੇਨ ਅਗੇਨ ਕਿੰਨੀ ਆ ਜੀ। ਸੋ ਉਹ ਕੰਮ ਹੋਣ ਕਰਕੇ ਨਾ ਮਹਾਰਾਜ ਨੇ ਇਹ ਬਚਨ ਵੀ ਕੀਤੇ ਸੀ, ਐਂਡ ਦ ਫਸਟ ਟਾਈਮ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਇਹੀ ਗੱਲ ਕਹੀ ਸੀ। ਜਦੋਂ ਮਹਾਰਾਜ ਨੇ ਕਰਤਾਰਪੁਰ ਦਾ ਜੰਗ ਮੁਕਾਇਆ, ਉਦੋਂ ਵੀ ਮਹਾਰਾਜ ਨੇ ਇਹੀ ਗੱਲ ਕੀਤੀ ਸੀ ਵੀ ਇਹਨਾਂ ਨੂੰ ਪੋਤੇ ਨੂੰ ਮਾਰ ਨਹੀਂ ਸਕਦੇ ਆਪਾਂ, ਯੂ ਨੋ ਯੂ ਵਾਂਟ ਟੂ ਕੈਨ ਕਿਲ ਆਲ ਬਟ ਵੀ ਹੈਵ ਟੂ ਸੈਟਲ ਦੈਮ, ਬਿਕੋਜ਼ ਹਰ ਇੱਕ ਸੋਲ ਜਿਹੜੀ ਹੈ ਉਹ ਸੈਟਲ ਤਾਂ ਹੋ ਗਈ ਜੋ ਪਰਮਾਤਮਾ 'ਚ ਮਿਲੇਗੀ, ਅੰਟਿਲ ਉਹਨਾਂ ਉਹ ਮਰਜ ਨਹੀਂ ਹੁੰਦੀ ਪਰਮਾਤਮਾ 'ਚ, ਯੂ ਸਟਿਲ ਹੈਵ ਟੂ ਸੈਟਲ ਇਟ। ਐਂਡ ਗੁਰੂ ਮਹਾਰਾਜ ਵਾਸਤੇ ਇੱਕ ਜ਼ਿੰਮੇਵਾਰੀ ਹੈ, ਇੱਕ ਇਸ ਰੈਸਪੋਂਸੀਬਿਲਿਟੀ। ਸੋ ਇਸ ਕਰਕੇ ਮਹਾਰਾਜ ਉਹ ਰੈਸਪੋਂਸੀਬਿਲਿਟੀ, ਤਾਂ ਹੀ ਉਹ ਕਹਿੰਦੇ ਨਾ ਜੋ ਮਹਾਰਾਜ ਸ਼ਿਕਾਰ ਖੇਡਦੇ ਨੇ, ਮਹਾਰਾਜ ਕਿਉਂ ਸ਼ਿਕਾਰ ਖੇਡਦੇ ਨੇ, ਕਿਉਂਕਿ ਪਹਿਲੀ ਗੱਲ ਤਾਂ ਉਹ ਜਿਹੜਾ ਸ਼ੇਰ ਹੈ, ਜਿਵੇਂ ਜਿਹੜਾ ਹੈ ਇੱਕ ਵਾਰ ਪਰਚੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾ ਇੱਕ ਕਿਤਾਬ ਆ, ਉਹਦੇ 'ਚ ਲਿਖਿਆ ਹੋਇਆ, ਕਹਿੰਦੇ ਮਹਾਰਾਜ ਇੱਕ ਦਿਨ ਬੈਠੇ ਅਤੇ ਇੱਕ ਸਿੱਖ ਆਇਆ, ਇੱਕ ਪਿੰਡ ਵਿੱਚ ਗਏ ਮਹਾਰਾਜ, ਉਹ ਸਿੱਖ ਨੇ ਆ ਕੇ ਕਿਹਾ ਮਹਾਰਾਜ ਸਾਡੇ ਜਿਹੜਾ ਹੈ ਇੱਕ ਬੰਦਾ ਭੱਜਿਆ ਆਇਆ ਮਹਾਰਾਜ ਕੋਲ, ਕਹਿੰਦੇ ਮਹਾਰਾਜ ਇੱਕ ਸ਼ੇਰ ਆ ਗਿਆ ਸਾਡੇ ਪਿੰਡ ਵਿੱਚ, ਮਹਾਰਾਜ ਕਿਰਪਾ ਕਰੋ, ਅਤੇ ਕਹਿੰਦੇ ਬਹੁਤ ਵੱਡਾ ਸ਼ੇਰ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਚਲੇ ਗਏ, ਮਹਾਰਾਜ ਇਕੱਲੇ ਹੀ ਉੱਠੇ, ਸਿੱਖਾਂ ਨੂੰ ਕਹਿੰਦੇ ਤੁਸੀਂ ਬੈਠੇ ਰਹੋ, ਮਹਾਰਾਜ ਨੇ ਢਾਲ ਲੈ ਲਈ ਅਤੇ ਮਹਾਰਾਜ ਨੇ ਆਪਣਾ ਆਪਣਾ ਮੈਂ ਕਿਹਾ ਤਲਵਾਰ ਲਈ ਸੀ ਨਾ, ਹਾਂ ਤਲਵਾਰ ਅਤੇ ਢਾਲ ਲੈ ਕੇ ਮਹਾਰਾਜ ਤੁਰ ਪਏ ਇਕੱਲੇ ਅਲੋਨ। ਮਹਾਰਾਜ ਵੜ ਗਏ, ਉਹ ਸ਼ੇਰ ਸਾਹਮਣੇ ਆ ਗਿਆ, ਮਹਾਰਾਜ ਨੇ ਸ਼ੇਰ ਨੂੰ ਕਿਹਾ, ਕਹਿੰਦੇ ਹੇ ਸ਼ੇਰ ਕਰ ਹਮਲਾ, ਚੱਲ ਮਾਰ ਛਾਲ। ਅਤੇ ਉਹ ਸ਼ੇਰ ਨੇ ਕੀ ਕੀਤਾ, ਆ ਕੇ ਮਹਾਰਾਜ ਦੇ ਕੋਲ ਆਇਆ, ਉਹਨੇ ਮਹਾਰਾਜ ਚਰਨਾਂ 'ਤੇ ਮੱਥਾ ਟੇਕਿਆ ਉਹ ਸ਼ੇਰ ਨੇ। ਮਹਾਰਾਜ ਨੇ ਫਿਰ ਸ਼ੇਰ ਨੂੰ ਕਿਹਾ ਕਿ ਸ਼ੇਰ ਤੂੰ ਕਰਦਾ ਕੀ, ਤੂੰ ਸ਼ੇਰ ਆ, ਅਟੈਕ ਕਰ। ਉਹ ਸ਼ੇਰ ਨੇ ਦੂਜੀ ਵਾਰੀ ਕਿ ਫਿਰ ਮੱਥਾ ਟੇਕਤਾ ਮਹਾਰਾਜ, ਤੀਜੀ ਵਾਰੀ ਫਿਰ ਮਹਾਰਾਜ ਨੇ ਕਿਹਾ, ਮਹਾਰਾਜ ਕਹਿੰਦਾ ਸ਼ੇਰ ਤੂੰ ਕਰਦਾ ਕੀ ਆ, ਤੇਰਾ ਕੰਮ ਹੈ, ਤੂੰ ਇੱਕ ਸ਼ੇਰ ਆ, ਬਹਾਦਰ ਆ, ਆਪਣੀ ਬਹਾਦਰੀ ਦਿਖਾ। ਜਦੋਂ ਮਹਾਰਾਜ ਤੀਜੀ ਵਾਰੀ ਕਿਹਾ ਨਾ, ਉਹਨੇ ਤੀਜੀ ਵਾਰੀ ਮੱਥਾ ਟੇਕ ਕੇ ਨਾ, ਚੌਥੀ ਵਾਰੀ ਫਿਰ ਮਹਾਰਾਜ ਥੋੜ੍ਹੇ ਦੂਰ ਹੋ ਗਏ, ਉਹ ਫਿਰ ਸ਼ੇਰ ਨੇ ਫਿਰ ਛਾਲ ਮਾਰੀ, ਚੌਥੀ ਵਾਰੀ ਆਇਆ,
ਤੇ ਮਹਾਰਾਜ ਉੱਤੇ ਐਂ ਛਾਲ ਮਾਰ ਕੇ ਆਇਆ, ਉਦੋਂ ਮਹਾਰਾਜ ਢਾਲ ਨਾਲ ਰੋਕ ਕੇ ਉਹਦੇ ਗਰਦਨ ਕਰ ਵੱਢ ਦਿੱਤੇ, ਕਟਾਰ ਕਿਹਾ, ਕਟਾਰ ਵੀ ਦਿਖੀ ਹੈ, ਮਹਾਰਾਜ ਨੇ ਕਟਾਰ ਦਾ ਵਾਰ ਕਰਕੇ ਉਹਨੂੰ ਵੱਢ ਦਿੱਤਾ। ਅਤੇ ਫਿਰ ਸਿੱਖਾਂ ਨੇ ਇਹ ਗੱਲ ਦੇਖ ਕੇ ਨਾ ਮਹਾਰਾਜ ਨੂੰ ਸਵਾਲ ਪੁੱਛਿਆ ਕਿ ਮਹਾਰਾਜ ਉਹ ਤਾਂ ਤੁਹਾਨੂੰ ਮੱਥਾ ਟੇਕਦਾ ਸੀ, ਤੁਸੀਂ ਮਾਰਿਆ ਕਿਉਂ? ਕਹਿੰਦਾ ਉਹ ਤਾਂ ਵਿਚਾਰਾ ਆ ਕੇ ਸੈਲਫ ਸਿਲੰਡਰ ਕਰ ਰਿਹਾ ਸੀ, ਤੁਹਾਨੂੰ ਤਿੰਨ ਵਾਰੀ ਤਾਂ ਉਹਨੇ ਮੱਥਾ ਟੇਕਿਆ ਆ ਕੇ। ਮਹਾਰਾਜ ਕਹਿੰਦੇ ਨਹੀਂ, ਕਹਿੰਦੇ ਇਹਦਾ ਜਿਹੜਾ ਪਿਛਲੇ ਜਨਮ ਦੀ ਗੱਲ ਹੈ ਨਾ, ਕਹਿੰਦੇ ਪਾਂਡਵਾਂ ਵਿੱਚੋਂ ਇੱਕ ਪਾਂਡਵ ਸੀਗਾ, ਕਹਿੰਦੇ ਉਹਦੀ ਇੱਛਾ ਸੀ ਕਿ ਸਾਡੇ ਹੱਥੋਂ ਮੁਕਤ ਹੋਵੇ। ਅਤੇ ਮਹਾਰਾਜ ਕਹਿੰਦੇ ਜੇ ਮੱਥਾ ਟੇਕੀ ਜਾਂਦਾ ਉਹ ਤਾਂ ਸ਼ੇਰੇ ਰਹਿਣਾ ਸੀ, ਮੈਂ ਤਾਂ ਉਹਦੀ ਮੁਕਤੀ ਕਰਨਾ ਚਾਹੁੰਦਾ ਸੀ, ਉਹਨੂੰ ਇਹ ਜੂਨ ਤੋਂ ਛਡਾਉਣਾ ਸੀ, ਇਸ ਉਹਨੇ ਕੀ ਮੰਗਿਆ ਸੀ ਮੇਰੇ ਤੋਂ? ਬਿਕੋਜ਼ ਤੁਸੀਂ ਉਹ ਭਾਵੇਂ ਸ਼ੇਰ ਬਣ ਗਿਆ ਪਰ ਉਹਦੀ ਭਗਤੀ ਕਰਕੇ ਨਾ, ਹੀ ਕੁੱਡ ਰਿਮੈਂਬਰ ਦੈਟ ਮੈਂ ਇਹਨਾਂ ਨੂੰ ਡੀਕ ਰਿਹਾ, ਹੀ ਕੁੱਡ ਰੈਕਨਾਈਜ਼ ਗੁਰੂ ਗੋਬਿੰਦ ਸਿੰਘ ਵੀ ਮੈਂ ਤਾਂ ਇਹਨਾਂ ਨੂੰ ਡੀਕ ਰਿਹਾ ਸੀ, ਕਿਉਂਕਿ ਇਹੀ ਭਗਤੀ ਦਾ ਕੰਮ ਹੁੰਦਾ। ਦੈਟਸ ਵਾਈ ਯੂ ਸੀ ਸਮਟਾਈਮਸ ਜਿਹੜਾ ਭਗਤੀ ਕਰਨ ਵਾਲਾ ਬੰਦਾ ਨਾ, ਜੇ ਕਿਤੇ ਉਹਦੀ ਕੋਈ ਗਲਤੀ ਕਰਕੇ ਨਾ ਉਹਨੂੰ ਕੋਈ ਜੂਨ ਵੀ ਮਿਲ ਜਾਂਦੀ ਹੈ ਨਾ, ਉਹ ਜੂਨ ਦੇ ਵਿੱਚ ਵੀ ਉਹਨਾਂ ਨੂੰ ਗਿਆਨ ਹੁੰਦਾ ਹੈ, ਦੇ ਕੁਟਸੀ ਉਹਨਾਂ ਨੂੰ ਫਿਰ ਵੀ ਗਿਆਨ ਹੁੰਦਾ ਹੈ ਵੀ ਹਾਂ ਇਹੀ ਹੈ। ਸੋ ਗੁਰੂ ਮਹਾਰਾਜ ਨੇ ਉਹਦੀ ਮੁਕਤੀ ਕਰਨੀ ਸੀ, ਬਿਕੋਜ਼ ਉਹ ਉਸ ਸਮੇਂ ਦੇ ਵਿੱਚ ਆ ਕੇ ਮਹਾਰਾਜ ਨੂੰ ਸਰੈਂਡਰ ਕਰ ਰਿਹਾ ਸੀ, ਪਰ ਮਹਾਰਾਜ ਚਾਹੁੰਦੇ ਸੀ ਉਹਦੀ ਮੁਕਤੀ ਕਰਨ, ਬਿਕੋਜ਼ ਉਹ ਉਹਦੀ ਇੱਛਾ ਸੀਗੀ ਵਿੱਚ ਹੀ ਹੈਸ ਫੋਰਗੋਟਨ, ਮਹਾਰਾਜ ਨਹੀਂ ਭੁੱਲੇ। ਤੁਸੀਂ ਸਮਟਾਈਮਸ ਜਦੋਂ ਆਪਾਂ ਅਰਦਾਸ ਕਰਦੇ ਹਾਂ ਨਾ, ਆਪਾਂ ਅਰਦਾਸ ਕਰਕੇ ਆਪਾਂ ਕੁਝ ਮੰਗ ਲੈਂਦੇ ਹਾਂ, ਬਟ ਯੂ ਕੈਨ ਫੋਰਗੈਟ, ਜਿਹਦੇ ਅੱਗੇ ਅਰਦਾਸ ਕੀਤੀ ਉਹ ਨਹੀਂ ਫੋਰਗੈਟ ਕਰਦਾ। ਗੁਰੂ ਮਹਾਰਾਜ ਹਮੇਸ਼ਾ ਯਾਦ ਰੱਖਦੇ ਨੇ, ਉਹਨਾਂ ਨੂੰ ਪਤਾ ਹੁੰਦਾ ਵੀ ਨਹੀਂ ਕਿ ਇੱਕ ਦਿਨ ਇਹ ਮੰਗਿਆ ਸੀ ਇਹਨੂੰ, ਭਾਵੇਂ ਉਹ ਗੱਲ 10 ਸਾਲਾਂ ਦੀ ਹੋਵੇ, 20 ਸਾਲਾਂ ਦੀ, ਭਾਵੇਂ 10 ਜਨਮਾਂ ਦੀ ਵੀ ਪਿੱਛੇ ਹੋਵੇ, ਮਹਾਰਾਜ ਰਿਮੈਂਬਰ ਸੀ। ਅਤੇ ਮਹਾਰਾਜ ਕੋਲ ਉਹ ਟਾਈਮ ਹੁੰਦਾ ਜਦੋਂ ਮਹਾਰਾਜ ਨੇ ਮੁਕਤੀ ਦੇਣੀ ਹੁੰਦੀ ਹੈ, ਬਿਕੋਜ਼ ਅੰਟਿਲ ਦ ਲੇਖਾ ਇਜ਼ ਸੈਟਲਡ, ਸੋ ਉਦੋਂ ਮਹਾਰਾਜ ਮੁਕਤੀ ਕਰਦੇ ਨੇ। ਸੋ ਇਸ ਤਰ੍ਹਾਂ ਕਰਕੇ ਜਿਹੜਾ ਹੈ ਸਾਖੀਆਂ ਕਈ ਆਉਂਦੀਆਂ ਨੇ। ਸੋ ਇਹ ਜਿਹੜੇ ਨੇ ਇਹ ਤੀਰ ਬਣਾਉਣ ਵਾਲੇ ਨੇ, ਸੋ ਇਹ ਤੀਰਾਂ ਦੀ ਵੀ ਬੜੀ ਵੱਡੀ ਫਿਲੋਸਫੀ ਹੈ, ਇਹਦੀ ਵੀ ਜਿਹੜਾ ਹੈ ਇਹਦਾ ਕੰਮ ਕਰਨਾ ਨਾ, ਫਰੋਮ ਜਨਰੇਸ਼ਨ ਦੇ ਆਰ ਡੂਇੰਗ ਦਿਸ, ਉਹਨਾਂ ਦੀ ਜਨਰੇਸ਼ਨ ਆਫਟਰ ਜਨਰੇਸ਼ਨ ਉਹ ਤੀਰੇ ਬਣਾਉਂਦੇ ਨੇ, ਹੋਰ ਕੁਛ ਨਹੀਂ ਕਰਦੇ। ਸੋ ਦੈਟਸ ਵਾਈ ਤੁਸੀਂ ਦੇਖੋਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੇ ਤੀਰ ਨੇ, ਤੁਸੀਂ ਕਿਤੇ ਵੀ ਜਾਓ, ਪਾਉਂਟਾ ਸਾਹਿਬ ਚਲ ਜਾਓ ਜਾਂ ਕਿਤੇ ਵੀ ਤੁਹਾਨੂੰ ਮਹਾਰਾਜ ਦਾ ਤੀਰ ਮਿਲੇ, ਤੁਸੀਂ ਦੇਖੋ ਦ ਕੁਆਲਿਟੀ ਆਫ ਦ ਤੀਰ, ਯੂ ਕੈਨ ਯੂ ਹੈਵ ਟੂ ਲੁੱਕ ਐਟ ਇਟ, ਉਹ ਕਿਹੋ ਜਿਹੇ ਤੀਰ ਹੁੰਦੇ ਸੀ ਮਹਾਰਾਜ। ਸੋ ਅੱਗੇ ਕਹਿੰਦੇ ਕੇਤਨਿਆਂ ਦੀਵਾਨ ਹੋਏ, ਹੁਣ ਦੀਵਾਨ ਕੀ ਆ? ਮਿਨਿਸਟਰਸ, ਜਿਹੜੇ ਮਿਨਿਸਟਰਸ ਹੁੰਦੇ ਨੇ, ਕਹਿੰਦੇ ਇਹ ਵੀ ਬਹੁਤ ਨੇ, ਕਿੰਨੇ ਮਿਨਿਸਟਰਸ ਨੇ ਹਰ ਇੱਕ ਰਾਜੇ ਕੋਲ, ਕਿੰਨੇ ਮਿਨਿਸਟਰਸ ਹੁੰਦੇ ਨੇ ਹਰ ਹਰ ਇੱਕ ਡਿਪਾਰਟਮੈਂਟ ਸੰਭਾਲਣ ਵਾਲੇ? ਕਰਨ ਕਰੋੜੀ ਮੁਲਕ ਟੰਡੋਲੀ, ਕਹਿਣ ਲੱਗੇ ਦੀਵਾਨ, ਦੀਵਾਨ ਦਾ ਕੰਮ ਕੀ ਹੁੰਦਾ? ਜੇ ਅੱਜ ਕੱਲ੍ਹ ਦੀ ਲੈਂਗੁਏਜ ਵਿੱਚ ਆਪਾਂ ਵਰਤੀਏ ਕਰਨ ਕਰੋੜੀ, ਹੁਣ ਕਰਨ ਕਰੋੜੀ ਦਾ ਮਤਲਬ ਇਹ ਹੁੰਦਾ, ਕਹਿਣ ਲੱਗੇ ਉਹ ਪ੍ਰੋਫਿਟ ਲੱਭਦੇ ਨੇ, ਉਹ ਦੇਖਦੇ ਨੇ ਵੀ ਇਹ ਜਿਹੜਾ ਹੈ ਕੰਟਰੀ ਦੇ ਰਿਸੋਰਸਸ ਨੂੰ ਵੇਚ ਕੇ ਜਾਂ ਵਰਤ ਕੇ ਕਿਸ ਤਰ੍ਹਾਂ ਦੇ ਆਪਾਂ ਪ੍ਰੋਫਿਟ ਇਹ ਮੁਲਕ ਵਿੱਚ ਲਿਆ ਸਕਦੇ ਹਾਂ, ਹਾਊ ਟੂ ਬੈਨੀਫਿਟ ਦ ਕੰਟਰੀ। ਸੋ ਜੇ ਅੱਜ ਕੱਲ੍ਹ ਤਾਂ ਆਪਾਂ ਗੱਲ ਕਰਾਂਗੇ ਇਨਵੈਸਟਮੈਂਟ, ਜਿਵੇਂ ਮਲੇਸ਼ੀਆ ਕੋਲ ਆਇਲ ਹੈ, ਤੁਸੀਂ ਆਇਲ ਲੈ ਕੇ ਬਾਹਰ ਵੇਚੋ ਅਤੇ ਹੋਰ ਕੋਈ ਚੀਜ਼ ਖਰੀਦੋ, ਇਟ ਕੈਨ ਬੀ ਆ ਬਟਰ ਟ੍ਰੇਡ, ਇਟ ਕੈਨ ਬੀ ਆ ਕੈਸ਼ ਟ੍ਰੇਡ, ਕਿ ਕੁਛ ਜੋ ਮਰਜ਼ੀ ਕਰ ਲਓ, ਹਾਂਜੀ। ਸੋ ਕਹਿੰਦੇ ਉਹਨਾਂ ਦਾ ਕੰਮ ਹੁੰਦਾ ਹੈ ਕਰਨ ਕਰੋੜੀ ਮੁਲਕ ਟੰਡੋਲੀ, ਕਹਿੰਦੇ ਮੁਲਕਾਂ ਨੂੰ ਦੇਖਦੇ ਨੇ ਵੀ ਕਿਹੜੇ ਮੁਲਕ ਕੀ ਚੀਜ਼ ਹੈ, ਉਹਨੂੰ ਕੀ ਚੀਜ਼ ਦੀ ਲੋੜ ਆ, ਆਹ ਵੇਚੋ ਅਤੇ ਉਹ ਖਰੀਦੋ, ਇਹਨੂੰ ਸਮਥਿੰਗ ਲੱਗਦਾ। ਸੋ ਸੌਦੇ ਬਣਾਉਂਦੇ ਨੇ, ਇਸ ਤਰ੍ਹਾਂ ਕਰਕੇ ਐਕਸਪੋਰਟ ਇੰਪੋਰਟ ਦਾ ਜਿਹੜਾ ਹੈ ਉਹ ਸਾਰਾ ਕੰਮ ਮੁਲਕ ਦਾ ਚੱਲਦਾ ਹੈ। ਫਿਰ ਕਹਿੰਦੇ ਰਤਨ ਪਦਾਰਥ ਮੋਲ ਅਮੋਲੀ, ਕਹਿੰਦੇ ਰਤਨ ਪਦਾਰਥ, ਹੁਣ ਇਸੇ ਰਤਨ ਜਿਹੜੇ ਨੇ ਡਾਇਮੰਡਸ ਹੋਏ, ਪਰਲਸ ਹੋਏ, ਜਾਂ ਕਿੰਨੇ ਜਿਹੜੇ ਹਨ ਰੂਬੀਸ ਹੋਏ, ਸੈਫੀਅਸ ਹੋਏ, ਕਹਿੰਦੇ ਕਿੰਨੇ ਹੀ ਨੇ, ਹਰ ਇੱਕ ਮੁਲਕ 'ਚ ਅੱਡ ਅੱਡ ਨੇ, ਅੱਡ ਅੱਡ ਕੁਆਲਿਟੀ ਦੇ ਨੇ। ਸੋ ਕਹਿੰਦੇ ਜਿਹੜੇ ਮੁਲਕ ਦੀ ਕੁਆਲਿਟੀ ਦੇ ਹੁੰਦੇ ਨੇ, ਕਹਿੰਦੇ ਰਤਨ ਪਦਾਰਥ ਮੋਲ ਅਮੋਲੀ, ਕਹਿੰਦੇ ਅਮੋਲ ਹੁੰਦੇ ਨੇ, ਬਿਕੋਜ਼ ਦੇ ਕੁਡ ਬੀ ਲਾਈਕ ਕੋਹੀਨੂਰ, ਕੋਹੀਨੂਰ ਇਜ਼ ਸੇਡ ਟੂ ਬੀ ਓਨਲੀ ਦ ਵਨ ਇਨ ਦ ਵਰਲਡ। ਸੋ ਉਹਦੀ ਕੀਮਤ ਕੀ ਹੈ ਨਾ, ਹਾਊ ਕੈਨ ਯੂ ਪ੍ਰਾਈਸ ਕੋਹੀਨੂਰ, ਬਿਕੋਜ਼ ਇਜ਼ ਦ ਓਨਲੀ ਵਨ ਇਨ ਦ ਵਰਲਡ, ਹਾਂਜੀ, ਕਿਉਂ ਉਹਦਾ ਤੁਸੀਂ ਮੁੱਲ ਕੀ ਪਾਓਗੇ? ਸੋ ਕਿਆ ਇਸ ਕਰਕੇ ਉਹਨੂੰ ਅਮੁੱਲੀ ਕਹਿੰਦੇ ਆ, ਉਹਦਾ ਮੁੱਲ ਨਹੀਂ ਪੈਂਦਾ, ਬਟ ਐਟ ਦੈਟ ਟਾਈਮ ਦ ਸੈਲਰ ਕੈਨ ਪੁੱਟ ਅ ਵੈਲਿਊ ਟੂ ਇਟ, ਦੈਟ ਆਈ ਵਾਂਟ ਟੂ ਸੈਲ ਔਨ ਦਿਸ ਵੈਲਿਊ, ਬਟ ਦੈਟ ਇਜ਼ ਨੋਟ ਦ ਵੈਲਿਊ ਆਫ ਦ ਡਾਇਮੰਡ ਇਟ ਸੈਲਫ, ਬਿਕੋਜ਼ ਇਜ਼ ਓਨਲੀ ਵਨ। ਸੋ ਇਸ ਤਰ੍ਹਾਂ ਕਰਕੇ ਜਿਹੜਾ ਹੈ ਕਹਿੰਦੇ ਰਤਨ ਪਦਾਰਥ ਅਮੋਲ ਅਮੁੱਲੀ। ਹੁਣ ਭਾਈ ਗੁਰਦਾਸ ਨੇ ਇਹ ਵਾਰ ਵਿੱਚ ਆਪਾਂ ਨੂੰ ਜਿਹੜੇ ਹਨ ਇਹ ਸਾਰੇ ਪੋਜੀਸ਼ਨ ਸਮਝਾਏ ਨੇ ਵੀ ਇਹ ਪੋਜੀਸ਼ਨ ਦੇ ਵਿੱਚ ਬੰਦੇ ਨੂੰ ਕੀ ਡਿਊਟੀਆਂ ਲੱਗਦੀਆਂ ਨੇ ਅਤੇ ਕੀ ਉਹ ਕਰਦੇ ਨੇ, ਬਟ ਇਨ ਡਿਪ ਮੋਡ ਇਹ ਜਿਹੜੀਆਂ ਪੌੜੀਆਂ ਨੇ ਆਪਾਂ ਨੂੰ ਸਮਝਾਉਂਦੀਆਂ ਨੇ ਕਿ ਇੱਕ ਐਡਮਿਨਿਸਟ੍ਰੇਸ਼ਨ ਦਾ ਕੰਮ ਕਿਵੇਂ ਚੱਲਦਾ। ਓਕੇ, ਵੱਟ ਡੂ ਯੂ ਨੀਡ ਇਫ ਯੂ ਗੈਟ ਅ ਕੰਟਰੀ ਟੂਡੇ ਟੂ ਰੂਲ, ਟੂ ਐਡਮਿਨਿਸਟ੍ਰੇਟ ਅ ਕੰਟਰੀ, ਵੱਟ ਡੂ ਯੂ ਨੀਡ? ਸੋ ਉਹਦੇ ਵਾਸਤੇ ਭਾਈ ਗੁਰਦਾਸ ਜੀ ਸਭ ਕੁਝ ਦੱਸ ਰਹੇ, ਇਹ ਚੀਜ਼ਾਂ ਦੀ ਲੋੜ ਪੈਂਦੀ ਹੈ। ਹਾਂਜੀ,